ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਕੋਲ ਆ ਗਈ ਆ, ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ, ਤਾਂ ਕਿਰਪਾ ਕਰਕੇ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ, ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ, ਸਾਡੇ ਕੰਮ ਆਉਣ ਵਾਲੀ ਆ। ਕਿਉਂਕਿ ਆਪਾਂ ਕਈ ਵਾਰ ਜਾਣੇ ਅਣਜਾਣੇ ਦੇ ਵਿੱਚ ਕੁਝ ਗਲਤੀਆਂ ਕਰ ਬੈਠਦੇ ਹਾਂ, ਉਹ ਗਲਤੀਆਂ ਜੋ ਸਾਡੇ ਸਾਰੇ ਕੀਤੇ ਹੋਏ ਚੰਗੇ ਕਰਮਾਂ ਨੂੰ ਖਾ ਜਾਂਦੀਆਂ ਨੇ। ਇਹ ਚਾਰ ਗਲਤੀਆਂ ਕਰਨ ਵਾਲੇ ਮਨੁੱਖ ਭਾਵੇਂ ਜਿੰਨਾ ਮਰਜ਼ੀ ਪਾਠ ਪੂਜਾ ਕਰ ਲੈਣ, ਸੇਵਾ ਕਰ ਲੈਣ, ਉਹਨਾਂ ਦੀ ਕੀਤੀ ਹੋਈ ਸੇਵਾ, ਕੀਤੇ ਹੋਏ ਚੰਗੇ ਕਰਮ ਵਿਅਰਥ ਚਲੇ ਜਾਂਦੇ ਨੇ। ਤਾਂ ਉਹ ਚਾਰ ਗਲਤੀਆਂ ਕਿਹੜੀਆਂ ਨੇ, ਕਿਤੇ ਇਹ ਚਾਰ ਗਲਤੀਆਂ ਅਸੀਂ ਵੀ ਤਾਂ ਨਹੀਂ ਕਰ ਰਹੇ, ਇਹ ਜਾਣਨ ਦੇ ਲਈ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ, ਕਿਉਂਕਿ ਆਪਾਂ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਵਿੱਚ ਕਰਨੀ ਆ। ਵੀਡੀਓ ਨੂੰ ਪੂਰਾ ਸੁਣਿਓ, ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ, ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ, ਸਭ ਦਾ ਭਲਾ ਹੋ ਸਕੇ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਇਸ ਸਾਖੀ ਨੂੰ ਬੜੇ ਹੀ ਧਿਆਨ ਦੇ ਨਾਲ ਸੁਣਨਾ, ਕਿਉਂਕਿ ਇਸ ਸਾਖੀ ਦੇ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਣਾ ਹੈ। ਜੋ ਗਲਤੀਆਂ ਅਸੀਂ ਕਰ ਰਹੇ ਹਾਂ ਉਹਨਾਂ ਬਾਰੇ ਵੀ ਪਤਾ ਲੱਗਣਾ ਹੈ, ਅਤੇ ਗੁਰੂ ਦੀ ਖੁਸ਼ੀ, ਗੁਰੂ ਦੀ ਬਰਕਤ ਹਾਸਲ ਕਰਨ ਦਾ ਤਰੀਕਾ ਵੀ ਸਾਨੂੰ ਇਸੇ ਸਾਖੀ ਦੇ ਵਿੱਚੋਂ ਮਿਲ ਜਾਣਾ ਹੈ। ਤਾਂ ਸਭ ਤੋਂ ਪਹਿਲਾਂ ਸਾਖੀ ਸ਼ੁਰੂ ਕਰਦੇ ਹਾਂ। ਇਹ ਸਾਖੀ ਆ ਮੇਰੇ ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਮੇਂ ਦੀ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੇ ਵਿੱਚ ਬਿਰਾਜਮਾਨ ਨੇ, ਆਪਣੇ ਬਚਨਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਕਹਿੰਦੇ ਸੰਗਤਾਂ ਆ ਰਹੀਆਂ ਨੇ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਬੈਠ ਰਹੀਆਂ ਨੇ, ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨ ਸੁਣ ਰਹੀਆਂ ਨੇ। ਕਹਿੰਦੇ ਇੱਦਾਂ ਹੀ ਸੰਗਤ ਦੇ ਵਿੱਚ ਇੱਕ ਸਿੱਖ ਆਇਆ, ਉਹ ਸਿੱਖ ਨੇ ਆ ਕੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ। ਕਹਿੰਦੇ ਉਹ ਸਿੱਖ ਨੇ ਜਦ ਮੱਥਾ ਟੇਕਿਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਬੜੇ ਹੀ ਪਿਆਰ ਦੇ ਨਾਲ ਉਸ ਵੱਲ ਤੱਕਿਆ ਅਤੇ ਤੱਕਦੇ ਹੀ ਰਹੇ, ਭਾਵ ਕਿ ਉਸ ਸਿੱਖ ਵੱਲ ਵੇਖਦੇ ਹੀ ਰਹੇ। ਉਹ ਸਿੱਖ ਦਾ ਨਾਮ ਇਤਿਹਾਸ ਦੇ ਵਿੱਚ ਜੱਗਾ ਸਿੰਘ ਲਿਖਿਆ ਹੈ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਭਾਈ ਜੱਗਾ ਸਿੰਘ ਜੀ ਵੱਲ ਦੇਖਦੇ ਹੀ ਜਾ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਉਸ ਸਿੱਖ ਵੱਲ ਇੰਨਾ ਕਿਉਂ ਤੱਕ ਰਹੇ ਸੀ, ਕਿਉਂ ਪਿਆਰ ਨਾਲ ਦੇਖ ਰਹੇ ਸੀ? ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਦੇ ਅੰਦਰ ਨੂੰ ਪੜ ਲਿਆ ਸੀ। ਉਹਦਾ ਅੰਦਰ ਹਿਰਦੇ ਰੂਪੀ ਘਰ ਬੜਾ ਹੀ ਪਵਿੱਤਰ ਸੀ। ਉਹਦੇ ਹਿਰਦੇ ਦੇ ਵਿੱਚ ਗੁਰੂ ਸਾਹਿਬ ਜੀ ਦੇ ਲਈ ਬੇਅੰਤ ਪ੍ਰੇਮ, ਪਿਆਰ, ਸ਼ਰਧਾ, ਭਰੋਸਾ ਸੀ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਬੜੇ ਪਿਆਰ ਦੇ ਨਾਲ ਉਸ ਸਿੱਖ ਵੱਲ ਤੱਕ ਰਹੇ ਨੇ। ਉਹ ਸਿੱਖ ਨੇ ਮੱਥਾ ਟੇਕ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਬੇਨਤੀ ਕੀਤੀ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਮੈਨੂੰ ਕੋਈ ਸੇਵਾ ਬਖਸ਼ੋ, ਮੈਂ ਵੀ ਆਪ ਜੀ ਦੇ ਚਰਨਾਂ ਦੇ ਵਿੱਚ ਰਹਿ ਕੇ ਸੇਵਾ ਕਰਨਾ ਚਾਹੁੰਦਾ ਹਾਂ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨੂੰ ਇੱਕ ਨਹੀਂ ਕਈ ਸੇਵਾ ਬਖਸ਼ੀਆਂ। ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨੂੰ ਜੋੜਿਆਂ ਦੀ ਸੇਵਾ ਬਖਸ਼ੀ, ਜੂਠੇ ਬਰਤਨਾਂ ਦੀ ਸੇਵਾ ਬਖਸ਼ੀ, ਤਬੇਲੇ ਦੇ ਵਿੱਚ ਘੋੜਿਆਂ ਦੀ ਸਾਂਭ ਸੰਭਾਲ, ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਬਖਸ਼ੀ। ਕਹਿੰਦੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਸੇਵਾ ਬਖਸ਼ ਦਿੱਤੀਆਂ ਤਾਂ ਉਸੇ ਦਿਨ ਤੋਂ ਉਹ ਸਿੱਖ ਨੇ ਮਨ ਲਾ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦ ਇਸ ਸਿੱਖ ਨੂੰ ਸੇਵਾ ਬਖਸ਼ੀ ਤਾਂ ਨਾਲ ਹੀ ਕਿਹਾ
ਕਿ ਸਿੱਖਾ ਸਿਮਰਨ ਕਰਦਿਆਂ ਹੋਇਆਂ ਸੇਵਾ ਕਰੀ, ਮਨ ਲਾ ਕੇ ਸੇਵਾ ਕਰੀ। ਕਹਿੰਦੇ ਬਸ ਉਸ ਦਿਨ ਤੋਂ ਭਾਈ ਜੱਗਾ ਸਿੰਘ ਜੀ ਨੇ ਮਨ ਲਾ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ, ਨਾਲ ਨਾਲ ਸਿਮਰਨ ਕਰਨਾ। ਕਹਿੰਦੇ ਇੱਕ ਦਿਨ ਕਲਗੀਧਰ ਪਾਤਸ਼ਾਹ ਘੋੜਿਆਂ ਦੇ ਤਬੇਲੇ ਦੇ ਵਿੱਚ ਗਏ, ਜਿੱਥੇ ਕਿ ਭਾਈ ਜੱਗਾ ਸਿੰਘ ਜੀ ਰੋਜ਼ ਸੇਵਾ ਕਰਦੇ ਸਨ, ਘੋੜਿਆਂ ਦੀ ਦੇਖ ਰੇਖ ਕਰਦੇ, ਘੋੜਿਆਂ ਦੀ ਲਿੱਧ ਚੁੱਕਦੇ। ਉਹਨਾਂ ਦੇ ਨਾਲ ਹੋਰ ਵੀ ਸੇਵਾਦਾਰ ਸਨ। ਕਹਿੰਦੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਉੱਥੇ ਪਹੁੰਚੇ ਤਾਂ ਜੋ ਸੇਵਾਦਾਰ ਭਾਈ ਜੱਗਾ ਸਿੰਘ ਜੀ ਦੇ ਨਾਲ ਹੀ ਸੇਵਾ ਕਰਦੇ ਸਨ, ਉਹ ਸਤਿਗੁਰ ਸੱਚੇ ਪਾਤਸ਼ਾਹ ਦੇ ਸਤਿਕਾਰ ਵਜੋਂ ਖੜ੍ਹੇ ਹੋ ਗਏ, ਸਤਿਗੁਰ ਸੱਚੇ ਪਾਤਸ਼ਾਹ ਨੂੰ ਨਮਸਕਾਰ ਕੀਤੀ। ਪਰ ਕਹਿੰਦੇ ਭਾਈ ਜੱਗਾ ਸਿੰਘ ਜੀ ਉਹ ਬੈਠੇ ਰਹੇ, ਆਪਣਾ ਕੰਮ ਕਰਦੇ ਰਹੇ। ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਗੁਰੂ ਸਾਹਿਬ ਜੀ ਉੱਥੇ ਆਏ ਅਤੇ ਕਦੋਂ ਉੱਥੋਂ ਚਲੇ ਗਏ। ਇਹ ਦੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ, ਮਨ ਵਿੱਚ ਸੋਚਿਆ ਕਿ ਆਪਣੇ ਕੰਮ ਨੂੰ, ਆਪਣੀ ਸੇਵਾ ਨੂੰ ਇੰਨਾ ਮਨ ਲਾ ਕੇ ਕਰਦੇ ਨੇ। ਕਹਿੰਦੇ ਉਸ ਦਿਨ ਤੋਂ ਬਾਅਦ ਭਾਈ ਜੱਗਾ ਸਿੰਘ ਜੀ ਸਤਿਗੁਰ ਸੱਚੇ ਪਾਤਸ਼ਾਹ ਦੇ ਹੋਰ ਵੀ ਜ਼ਿਆਦਾ ਪਿਆਰੇ ਬਣ ਗਏ। ਕਹਿੰਦੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਸੰਗਤਾਂ ਨੂੰ ਬਚਨ ਕਰਦੇ ਸਨ, ਦੀਵਾਨ ਸਜਾਉਂਦੇ ਸੀ, ਤਾਂ ਸਾਰੇ ਸੇਵਾਦਾਰ ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨ ਸੁਣਿਆ ਕਰਦੇ ਸਨ ਸੰਗਤ ਦੇ ਵਿੱਚ ਬੈਠ ਕੇ। ਕਹਿੰਦੇ ਹੁਣ ਉਸ ਦਿਨ ਤੋਂ ਬਾਅਦ ਅਗਲੇ ਦਿਨ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੀਵਾਨ ਸਜਾਏ, ਸੰਗਤਾਂ ਆਈਆਂ ਦਰਸ਼ਨ ਕਰ ਰਹੀਆਂ ਨੇ, ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਸੁਣ ਰਹੀਆਂ ਨੇ, ਤਾਂ ਭਾਈ ਜੱਗਾ ਸਿੰਘ ਜੀ ਵੀ ਸੰਗਤ ਦੇ ਵਿੱਚ ਪਿੱਛੇ ਆ ਕੇ ਬੈਠ ਗਏ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਜਦੋਂ ਭਾਈ ਜੱਗਾ ਸਿੰਘ ਜੀ ਦੇ ਉੱਤੇ ਧਿਆਨ ਗਿਆ ਤਾਂ ਪਾਤਸ਼ਾਹ ਨੇ ਉਹਨਾਂ ਨੂੰ ਅੱਗੇ ਆ ਕੇ ਬੈਠਣ ਦੇ ਲਈ ਕਿਹਾ। ਕਹਿੰਦੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਦਾ ਪਿਆਰਾ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਬੈਠ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰ ਰਹੇ ਨੇ, ਨਾਲੇ ਬੜੇ ਹੀ ਪਿਆਰ ਦੇ ਨਾਲ ਉਸ ਸਿੱਖ ਵੱਲ ਤੱਕ ਰਹੇ ਨੇ। ਰੋਜ਼ ਰੋਜ਼ ਇਸੇ ਤਰ੍ਹਾਂ ਹੋਣ ਲੱਗਾ, ਭਾਈ ਸਾਹਿਬ ਜੀ ਪਿੱਛੇ ਬੈਠਦੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਆਵਾਜ਼ ਮਾਰ ਕੇ ਆਪਣੇ ਕੋਲ ਬਿਠਾ ਲੈਂਦੇ। ਹੁਣ ਇਹ ਸਭ ਕੁਝ ਦੇਖ ਕੇ ਜੋ ਪੁਰਾਣੇ ਸੇਵਾਦਾਰ ਸਨ ਉਹਨਾਂ ਦੇ ਵਿੱਚੋਂ ਕੁਝ ਕੁ ਦੇ ਮਨ ਦੇ ਵਿੱਚ ਭਾਈ ਜੱਗਾ ਸਿੰਘ ਦੇ ਲਈ ਬਹੁਤ ਈਰਖਾ ਪੈਦਾ ਹੋ ਗਈ ਕਿ ਇਹ ਸਾਡੇ ਨਾਲੋਂ ਮਗਰੋਂ ਆਇਆ ਹੈ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਇੰਨਾ ਪਿਆਰਾ ਬਣ ਗਿਆ, ਇਹ ਨਹੀਂ ਹੋ ਸਕਦਾ। ਕਹਿੰਦੇ ਉਹਨਾਂ ਨੇ ਭਾਈ ਜੱਗਾ ਸਿੰਘ ਜੀ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਤੂੰ ਸਤਿਗੁਰੂ ਸੱਚੇ ਪਾਤਸ਼ਾਹ ਦੇ ਇੰਨੇ ਨੇੜੇ ਨੇੜੇ ਹੋ ਕੇ ਨਾ ਬੈਠਿਆ ਕਰ, ਸੰਗਤ ਦੇ ਵਿੱਚ ਪਿੱਛੇ ਬੈਠਿਆ ਕਰ। ਕਹਿੰਦੇ ਹੁਣ ਭਾਈ ਜੱਗਾ ਸਿੰਘ ਜੀ ਨੇ ਉਹਨਾਂ ਦੀ ਗੱਲ ਨੂੰ ਵੀ ਸੱਤ ਵਚਨ ਕਹਿ ਕੇ ਮੰਨਿਆ, ਸੰਗਤ ਦੇ ਵਿੱਚ ਪਿੱਛੇ ਲੁੱਕ ਕੇ ਬੈਠਿਆ ਕਰਨ, ਪਰ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਆਵਾਜ਼ ਮਾਰ ਕੇ ਆਪਣੇ ਕੋਲ ਬਿਠਾ ਲਿਆ ਕਰਨ। ਕਹਿੰਦੇ ਹੁਣ ਉਹਨਾਂ ਸੇਵਾਦਾਰਾਂ ਤੋਂ ਇਹ ਸਭ ਦੇਖ ਕੇ ਜਰਿਆ ਨਹੀਂ ਸੀ ਜਾ ਰਿਹਾ ਕਿਉਂਕਿ ਮਨ ਦੇ ਵਿੱਚ ਈਰਖਾ ਆ ਚੁੱਕੀ ਸੀ, ਤੇ ਕਹਿੰਦੇ ਈਰਖਾ ਵਸ ਪਏ ਇਹਨਾਂ ਸੇਵਾਦਾਰਾਂ ਨੇ ਸਲਾਹ ਕੀਤੀ ਵੀ ਇਦਾਂ ਗੱਲ ਨਹੀਂ ਬਣਨੀ, ਇਹਦਾ ਕੋਈ ਹੋਰ ਇਲਾਜ ਕਰੀਏ, ਇਹਨੂੰ ਮਾਰ ਕੁੱਟ ਕੇ ਕਿਤੇ ਦੂਰ ਸੁੱਟ ਆਈਏ, ਆਪੇ ਫਿਰ ਡਰਦਾ ਮਾਰਾ ਇੱਥੋਂ ਭੱਜ ਜਾਵੇਗਾ, ਵਾਪਸ ਨਹੀਂ ਆਵੇਗਾ। ਤੇ ਕਹਿੰਦੇ ਇੱਦਾਂ ਹੀ ਕੀਤੀ। ਇੱਕ ਦਿਨ ਭਾਈ ਜੱਗਾ ਸਿੰਘ ਜੀ ਕਿਤੇ ਕੰਮ ਜਾ ਰਹੇ ਸੀ ਤਾਂ ਇਹਨਾਂ ਨੇ ਉਹਨੂੰ ਰਸਤੇ ਵਿੱਚ ਘੇਰ ਕੇ ਬਹੁਤ ਕੁੱਟਿਆ ਮਾਰਿਆ, ਬੇਹੋਸ਼ੀ ਦੀ ਹਾਲਤ ਦੇ ਵਿੱਚ ਸੁੱਟ ਕੇ ਆਪ ਵਾਪਸ ਆ ਗਏ। ਕਹਿੰਦੇ ਜਿੱਥੇ ਸੁੱਟਿਆ ਸੀ ਉੱਥੋਂ ਦੀ ਕੁਝ ਸਿੱਖ ਸੰਗਤਾਂ ਲੰਘ ਰਹੀਆਂ ਸੀ ਜੋ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਆ ਰਹੀਆਂ ਸਨ। ਕਹਿੰਦੇ ਉਹ ਸੰਗਤਾਂ ਭਾਈ ਜੱਗਾ ਸਿੰਘ ਜੀ ਨੂੰ ਚੰਗੀ ਤਰ੍ਹਾਂ ਪਹਿਚਾਣਦੀਆਂ ਸਨ, ਉਹ ਭਾਈ ਸਾਹਿਬ ਜੀ ਨੂੰ ਚੁੱਕ ਕੇ ਫਿਰ ਗੁਰੂ ਸਾਹਿਬ ਜੀ ਦੇ ਕੋਲ ਲੈ ਆਏ। ਗੁਰੂ ਸਾਹਿਬ ਜੀ ਨੇ ਜਦ ਆਪਣੇ ਪਿਆਰੇ ਸਿੱਖ ਦੀ ਇਹ ਹਾਲਤ ਦੇਖੀ ਤਾਂ ਉਹਨਾਂ ਨੂੰ ਬਹੁਤ ਦੁੱਖ ਹੋਇਆ।
ਉਹਨਾਂ ਨੇ ਆਪਣੇ ਪਿਆਰੇ ਸਿੱਖ ਦੀ ਮੱਲਮ ਪੱਟੀ ਆਪ ਕੀਤੀ। ਜਦੋਂ ਉਹ ਸਿੱਖ ਹੋਸ਼ ਦੇ ਵਿੱਚ ਆਇਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪ ਆਪਣੇ ਹੱਥੀ ਉਹਨੂੰ ਦੁੱਧ ਪਿਲਾਇਆ ਅਤੇ ਪੁੱਛਿਆ ਕਿ ਸਿੱਖਾ ਤੇਰੀ ਇਹ ਹਾਲਤ ਕਿਸਨੇ ਕੀਤੀ ਆ, ਉਹਨਾਂ ਦਾ ਨਾਮ ਦੱਸ ਜਿਨ੍ਹਾਂ ਨੇ ਤੈਨੂੰ ਮਾਰਿਆ ਕੁੱਟਿਆ ਹੈ। ਕਹਿੰਦੇ ਭਾਈ ਜੱਗਾ ਸਿੰਘ ਜੀ ਨੇ ਬੜੇ ਹੀ ਪਿਆਰ ਦੇ ਨਾਲ ਕਲਗੀਧਰ ਪਾਤਸ਼ਾਹ ਵੱਲ ਤੱਕਿਆ ਅਤੇ ਕਿਹਾ ਸਤਿਗੁਰ ਸੱਚੇ ਪਾਤਸ਼ਾਹ ਮੈਨੂੰ ਉਹਨੇ ਮਾਰਿਆ ਹੈ ਜਿਹਨੇ ਹੁਣੇ ਦੁੱਧ ਪਿਲਾਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਤੈਨੂੰ ਦੁੱਧ ਤਾਂ ਅਸੀਂ ਪਿਲਾਇਆ ਹੈ, ਤੂੰ ਕਹਿ ਰਿਹਾ ਹੈ ਕਿ ਜਿਹਨੇ ਦੁੱਧ ਪਿਲਾਇਆ ਹੈ ਉਹਨੇ ਹੀ ਮਾਰਿਆ ਹੈ। ਤਾਂ ਕਹਿੰਦੇ ਭਾਈ ਜੱਗਾ ਸਿੰਘ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਮੈਂ ਜਿਸ ਦਿਨ ਤੋਂ ਤੁਹਾਡੇ ਦਰ 'ਤੇ ਆਇਆ ਹਾਂ, ਤੁਹਾਡੇ ਲੜ ਲੱਗ ਗਿਆ ਹਾਂ, ਉਸ ਦਿਨ ਤੋਂ ਮੈਨੂੰ ਹਰ ਸਿੱਖ ਦੇ ਵਿੱਚ ਤੁਸੀਂ ਨਜ਼ਰ ਆਉਂਦੇ ਹੋ। ਇਸ ਕਰਕੇ ਜਦੋਂ ਉਹ ਸਿੱਖ ਮੈਨੂੰ ਮਾਰ ਰਹੇ ਸੀ, ਮੈਨੂੰ ਤਾਂ ਲੱਗ ਰਿਹਾ ਸੀ ਤੁਸੀਂ ਹੀ ਮਾਰ ਰਹੇ ਹੋ, ਤੁਸੀਂ ਆਪ ਹੀ ਮਾਰਨ ਵਾਲੇ, ਤੁਸੀਂ ਆਪ ਹੀ ਦੁੱਧ ਪਿਲਾਉਣ ਵਾਲੇ। ਕਹਿੰਦੇ ਜਦੋਂ ਇਹ ਗੱਲ ਸਿੱਖ ਦੇ ਮੂੰਹੋਂ ਸੁਣੀ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਸਿੱਖ ਨੂੰ ਬੜਾ ਪਿਆਰ ਕੀਤਾ ਅਤੇ ਸਭ ਸੰਗਤਾਂ ਨੂੰ ਅਤੇ ਉਹਨਾਂ ਸੇਵਾਦਾਰਾਂ ਨੂੰ ਕਿਹਾ ਕਿ ਦੇਖ ਲਿਆ ਅਸੀਂ ਆਪਣੇ ਇਸ ਪਿਆਰੇ ਸਿੱਖ ਨੂੰ ਇੰਨਾ ਪਿਆਰ ਕਿਉਂ ਕਰਦੇ ਹਾਂ। ਕਹਿੰਦੇ ਇਹ ਗੱਲ ਸੁਣ ਕੇ ਉਹਨਾਂ ਈਰਖਾ ਵਸ ਪਏ ਸੇਵਾਦਾਰਾਂ ਦੇ ਸਿਰ ਸ਼ਰਮ ਦੇ ਨਾਲ ਝੁੱਕ ਗਏ, ਉਹਨਾਂ ਨੇ ਮਾਫ਼ੀ ਮੰਗੀ। ਤਾਂ ਇਹ ਸਾਖੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਆ? ਇਹੀ ਕਿ ਗੁਰੂ ਸਾਹਿਬ ਜੀ ਨੂੰ ਸਿਰਫ ਉਹੀ ਪਾ ਸਕਦੇ ਨੇ ਜਿਨ੍ਹਾਂ ਨੇ ਆਪਣੇ ਅੰਦਰੋਂ ਮੈਂ ਨੂੰ ਖਤਮ ਕਰ ਲਿਆ, ਜਿਨ੍ਹਾਂ ਨੇ ਆਪਣੇ ਅੰਦਰੋਂ ਈਰਖਾ ਹੰਕਾਰ ਨੂੰ ਖਤਮ ਕਰ ਲਿਆ, ਉਹੀ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪਿਆਰੇ ਲੱਗਦੇ ਨੇ। ਉਹਨਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਸਦਾ ਹੀ ਮਿਹਰਬਾਨ ਨੇ, ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਆਪ ਪਿਆਰ ਕਰਦੇ ਨੇ। ਪਰ ਜਿਨ੍ਹਾਂ ਦੇ ਮਨ ਦੇ ਅੰਦਰ ਈਰਖਾ ਹੈ, ਹੰਕਾਰ ਆ, ਜਿਨ੍ਹਾਂ ਨੂੰ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਬੜੀ ਪਸੰਦ ਆ, ਉਹ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਖੁਸ਼ੀ ਬਰਕਤ ਹਾਸਲ ਨਹੀਂ ਕਰ ਸਕਦੇ। ਕਿਉਂਕਿ ਇਹ ਚਾਰ ਐਸੀਆਂ ਮਾੜੀਆਂ ਆਦਤਾਂ ਨੇ, ਨਿੰਦਿਆ ਹੋ ਗਈ, ਕਿਸੇ ਦੀ ਚੁਗਲੀ ਕਰਨੀ, ਕਿਸੇ ਦੇ ਪ੍ਰਤੀ ਮਨ ਦੇ ਵਿੱਚ ਈਰਖਾ ਰੱਖਣੀ, ਅਤੇ ਜੋ ਮਾਲਕ ਨੇ ਸਾਨੂੰ ਦਿੱਤਾ ਹੈ ਉਹਨਾਂ ਚੀਜ਼ਾਂ ਦਾ ਹੰਕਾਰ ਕਰਨਾ। ਈਰਖਾ, ਹੰਕਾਰ, ਨਿੰਦਿਆ, ਚੁਗਲੀ, ਇਹ ਚਾਰੇ ਚੀਜ਼ਾਂ ਸਾਨੂੰ ਗੁਰੂ ਚਰਨਾਂ ਤੋਂ ਦੂਰ ਕਰਦੀਆਂ ਨੇ। ਪਰ ਜਿਨ੍ਹਾਂ ਨੇ ਆਪਣੇ ਅੰਦਰੋਂ ਇਹਨਾਂ ਚਾਰਾਂ ਚੀਜ਼ਾਂ ਨੂੰ ਖਤਮ ਕਰ ਲਿਆ, ਗੁਰੂ ਸਾਹਿਬ ਜੀ ਉਹਨਾਂ ਦੇ ਉੱਤੇ ਸਦਾ ਹੀ ਮਿਹਰਬਾਨ ਰਹਿੰਦੇ ਨੇ। ਤਾਂ ਫਿਰ ਆਓ ਆਪਾਂ ਵੀ ਇਹਨਾਂ ਚਾਰ ਮਾੜੀਆਂ ਆਦਤਾਂ ਤੋਂ ਆਪਣਾ ਖਹਿੜਾ ਛਡਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਸਿਰਫ ਕੋਸ਼ਿਸ਼ ਕਰ ਸਕਦੇ ਹਾਂ, ਕਿਰਪਾ ਤਾਂ ਮਾਲਕ ਨੇ ਕਰਨੀ ਆ। ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸਾਂ, ਬੇਨਤੀਆਂ ਤਰਲੇ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਅੰਦਰ ਦੀ ਈਰਖਾ, ਹੰਕਾਰ, ਇਹ ਨਿੰਦਿਆ ਚੁਗਲੀ ਕਰਨ ਦੀ ਮਾੜੀ ਆਦਤ ਖਤਮ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਵੀ ਆਪਣੇ ਚਰਨਾਂ ਦਾ ਪ੍ਰੇਮ ਪਿਆਰ ਬਖਸ਼ੋ। ਆਪਾਂ ਤਾਂ ਅਰਦਾਸਾਂ, ਬੇਨਤੀਆਂ ਕਰ ਸਕਦੇ ਹਾਂ, ਕਿਰਪਾ ਮਾਲਕ ਨੇ ਕਰਨੀ ਆ। ਤਾਂ ਰੋਜ਼ ਰੋਜ਼ ਇਹ ਅਰਦਾਸਾਂ, ਬੇਨਤੀਆਂ ਕਰੀਏ ਅਤੇ ਇਹਨਾਂ ਮਾੜੀਆਂ ਆਦਤਾਂ ਤੋਂ ਆਪਣਾ ਖਹਿੜਾ ਛਡਾਈਏ। ਕਿਉਂਕਿ ਇਹ ਮਾੜੀਆਂ ਆਦਤਾਂ, ਇਹ ਮਾੜੇ ਕੰਮ ਸਾਡੇ ਸਾਰੇ ਚੰਗੇ ਕਰਮਾਂ ਨੂੰ ਖਾ ਜਾਂਦੇ ਨੇ। ਬਾਬਾ ਆਨੰਦ ਸਿੰਘ ਜੀ ਵਚਨ ਕਰਦੇ ਸਨ ਕਿ ਸਾਡਾ 2.5 ਘੰਟੇ ਦਾ ਨਿਤਨੇਮ ਸਿਰਫ 5 ਮਿੰਟ ਦੀ ਕਿਸੇ ਦੀ ਨਿੰਦਿਆ ਚੁਗਲੀ ਕਰਕੇ ਵਿਅਰਥ ਹੋ ਸਕਦਾ ਹੈ। ਭਾਵ ਕਿ ਕੋਈ ਮਨੁੱਖ 2.5 ਘੰਟੇ ਬੈਠ ਕੇ ਆਪਣੇ ਗੁਰੂ ਨੂੰ ਯਾਦ ਕਰ ਰਿਹਾ ਹੈ, ਗੁਰੂ ਗੁਰੂ ਕਰ ਰਿਹਾ ਹੈ, ਤਾਂ ਜੋ ਫਲ ਉਹਨੂੰ 2.5 ਘੰਟਿਆਂ ਦਾ ਮਿਲਿਆ, ਉਹ ਮਿਲੇ ਹੋਏ ਫਲ ਨੂੰ ਕਿਸੇ ਦੀ 5 ਮਿੰਟ ਦੀ ਨਿੰਦਿਆ ਚੁਗਲੀ ਕਰਕੇ ਗਵਾ ਬੈਠਦਾ ਹੈ। ਇਹ ਨਿੰਦਿਆ ਚੁਗਲੀ, ਕਿਸੇ ਦੀ ਬੁਰਾਈ ਕਰਨੀ, ਇਹ ਬਹੁਤ ਮਾੜੀਆਂ ਆਦਤਾਂ ਨੇ। ਜਦੋਂ ਆਪਾਂ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਹਾਂ ਨਾ,
ਤਾਂ ਕਬੀਰ ਜੀ ਕਹਿੰਦੇ ਕਿਸੇ ਦੀ ਨਿੰਦਿਆ ਕਰਨੀ, ਕਿਸੇ ਦੀ ਚੁਗਲੀ ਕਰਨੀ, ਸਮਝੋ ਕਿ ਕਿਸੇ ਦੀ ਗੰਦਗੀ ਨੂੰ ਆਪਣੀ ਜੀਭ ਦੇ ਨਾਲ ਸਾਫ਼ ਕਰਨਾ। ਕਹਿੰਦੇ ਜਦੋਂ ਆਪਾਂ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਹਾਂ ਨਾ, ਕਿਸੇ ਦੀ ਵੀ ਬੁਰਾਈ ਕਰਦੇ ਹਾਂ, ਤਾਂ ਜੋ ਵੀ ਉਹਦੇ ਔਗਣ ਨੇ, ਉਹ ਬੁਰੀਆਂ ਆਦਤਾਂ, ਉਹਦੇ ਔਗਣ ਸਾਡੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਆ, ਅਤੇ ਸਾਡੇ ਚੰਗੇ ਕਰਮ ਉਹਨੂੰ ਮਿਲ ਜਾਂਦੇ ਨੇ। ਅਤੇ ਫਿਰ ਆਪ ਸੋਚੋ ਕਿ ਅਸੀਂ ਕਿੰਨੀ ਵੱਡੀ ਗਲਤੀ ਕਰ ਰਹੇ ਹਾਂ। ਇਹਨਾਂ ਗਲਤੀਆਂ ਕਰਕੇ ਹੀ ਸਾਡੇ ਕੀਤੇ ਹੋਏ ਪਾਠ, ਪੂਜਾ, ਦਾਨ, ਪੁੰਨ, ਚੰਗੇ ਕਰਮਾਂ ਦਾ ਫਲ ਸਾਨੂੰ ਨਹੀਂ ਮਿਲ ਰਿਹਾ। ਤਾਂ ਜੇਕਰ ਇਹ ਗਲਤੀਆਂ ਕਰ ਰਹੇ ਹਾਂ ਤਾਂ ਇਹਨਾਂ ਗਲਤੀਆਂ ਨੂੰ ਆਪਾਂ ਸੁਧਾਰਨਾ ਹੈ, ਇਹਨਾਂ ਗਲਤੀਆਂ ਤੋਂ ਤੌਬਾ ਕਰਨੀ ਆ। ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸਾਂ, ਬੇਨਤੀਆਂ ਕਰਨੀਆਂ ਕਿ ਗੁਰੂ ਸਾਹਿਬ ਜੀ, ਤੁਸੀਂ ਹੀ ਸਾਨੂੰ ਇਹਨਾਂ ਮਾੜੇ ਕਰਮਾਂ ਤੋਂ ਬਚਾ ਸਕਦੇ ਹੋ, ਸਾਨੂੰ ਬਚਾ ਲਓ, ਸਾਨੂੰ ਬਖਸ਼ ਲਓ, ਸਾਡੇ 'ਤੇ ਤਰਸ ਕਰੋ, ਸਾਡੇ ਅੰਦਰੋਂ ਇਹ ਔਗਣ ਦੂਰ ਕਰੋ, ਸਾਡੇ ਅੰਦਰ ਵੀ ਸਭ ਦੇ ਲਈ ਪ੍ਰੇਮ ਪਿਆਰ ਹੋਵੇ।